ਜਿਹੜੇ ਬਾਥਰੂਮ ਚ ਬਾਹਰ ਨਿਕਲ ਕੇ ਉਹਨੂੰ ਕਹਿੰਦਾ ਲੈ 5 ਰੁਪਏ ਉਹ ਕਹਿੰਦਾ ਚੱਲ ਆ ਲੈ ਜਦੋਂ ਅਸੀਂ ਆਵਾਂਗੇ ਤੂੰ ਉਹਨਾਂ ਨੇ ਇਹਦੇ ਨਾਲ ਵਿਆਹ ਕਰ ਲਿਆ ਜੇ ਤੁਹਾਨੂੰ ਪਤਾ ਤੁਹਾਡੇ ਖਿਲਾਫ ਗੱਲਾਂ ਕਰਦਾ ਜੇ ਕੀ ਕਹਿੰਦਾ ਪਰਸੋਂ ਵਿਹੜੇ ਦੇ ਵਿੱਚ ਸਿਗਰਟ ਲਾ ਕੇ ਬੈਠਾ ਸੀ ਇੰਜ ਕਰ ਇਹਦੇ ਸਾਹਮਣੇ ਕੁਕੜੀ ਨੇ ਆ ਕੇ ਇੰਜ ਕੀਤਾ ਫਿਰ ਇਹ ਕੁਕੜੀ ਨੂੰ ਕਹੀ ਜਾਂਦਾ ਬਹਿ ਜਾਣੀ ਤੂੰ ਐਡੀ ਨਰਗਸ ਜਵਾਨ ਕੀ ਗੱਲ ਮੈਂ ਤੁਹਾਡੀਆਂ ਮਾਵਾਂ ਭੈਣਾਂ ਤੱਕ ਨਹੀਂ ਪਹੁੰਚਦਾ ਕਿਉਂ ਜੀ ਉਹ ਮੇਰੇ ਕੋਲ ਆਪ ਆ ਜਾਂਦੀਆਂ ਉਹ ਤੇਰੀਆਂ ਮਾਵਾਂ ਭੈਣਾਂ ਤੱਕ ਅਸੀਂ ਪਹੁੰਚ ਵੀ ਨਹੀਂ ਸਕਦੇ ਅੱਲਾ ਮਾਫੀ ਦੇ ਇਹਦੀਆਂ ਤੇ ਭੈਣਾਂ ਹੀ ਏਡੀਆਂ ਡਰਾਉਣੀਆਂ ਇਹਨਾਂ ਦੇ ਘਰੋਂ ਤੇ ਕਾਂ ਵੀ ਬੁਰਖਾ ਪਾ ਕੇ ਰੋਟੀ ਚੁੱਕਣ ਜਾਂਦਾ ਅਦਬ ਹੋਵੇ ਤੇ ਇਹੋ ਜਿਹਾ ਇਹਦੀ ਵੱਡੀ ਬਾਜੀ ਚੋਂ ਜੀ ਮੁੱਛਾਂ ਨਿਕਲ ਆਈਆਂ ਉਹ ਆਪਣੇ ਸੱਕੇ ਖਾਮ ਤੇ ਸਾਹਮਣੇ ਬੈਠੀ ਗਈ ਜੀ ਰਿਆਜ਼ ਬੰਦੇ ਦਾ ਪੁੱਤ ਬਣ ਜਾ ਮੈਂ ਤੈਨੂੰ ਕਹਿੰਦੀ ਇਹਦੀ ਬੀਬੀ ਹਕੀਮ ਨੂੰ ਜਾ ਕੇ ਦੀ ਹਕੀਮ ਸਾਹਿਬ ਮੇਰੇ ਘਰ ਔਲਾਦ ਨਹੀਂ ਹੁੰਦੀ ਹਕੀਮ ਉਹਨੂੰ ਕਹਿੰਦਾ ਤੇਰੇ ਬੰਦੇ ਚ ਨੁਕਸ ਹੈ ਕਹਿੰਦੀ ਇੰਜ ਫਿਰ ਪੂਰੇ ਮਹੱਲੇ ਚ ਨੁਕਸ ਹੈ ਫਾੜੀ ਦੇ ਨੱਚੀ ਜਾਂਦੇ